ਤੁਹਾਡੇ ਲੇਟੈਸਟ ਵੀਡੀਓ ਦੀ ਨੋਟੀਫਿਕੇਸ਼ਨ ਆਏ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਜੀ ਤੁਹਾਡਾ ਆਪਣੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਪਲਾਸਕਿਟ ਗੇਅਰਸ ਦੀ ਅਨਬੋਕਸਿੰਗ ਕਰਨ ਜਾ ਰਹੇ ਹਾਂ। ਇਹ ਆਪਾਂ ਔਨਲਾਈਨ ਐਮਾਜ਼ੋਨ ਤੋਂ ਔਰਡਰ ਕੀਤੇ ਨੇ ਅਤੇ ਇਹ 7 ਕੁ ਦਿਨਾਂ ਦੇ ਵਿੱਚ ਹੀ ਆਪਣੇ ਕੋਲ ਪਹੁੰਚ ਗਏ। ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਬੁਲਬਲੇ ਲਿਫਾਫੇ ਦੇ ਵਿੱਚ ਆ। ਜਿਹਦੇ 'ਤੇ ਡੱਬਾ ਸੀ ਉਹ ਆਪਾਂ ਪਹਿਲਾਂ ਹਟਾ ਤਾ, ਕਿਉਂਕਿ ਕਰੋਨਾ ਚੱਲ ਰਿਹਾ, ਕਿਹਦੇ ਕਿਹਦੇ ਹੱਥ ਲੱਗੇ ਹੁੰਦੇ ਕੀ ਪਤਾ। ਅਤੇ ਇਹਨੂੰ ਆਪਾਂ ਕੱਢ ਲੈਂਦੇ। ਇਸ ਦੇ ਵਿੱਚ ਇੱਕ ਸੂਟ ਦੀ ਡੱਬੀ ਆ, ਉਹਦੇ ਵਿੱਚ ਆਪਣੇ ਗੇਅਰਸ ਪਾਏ ਹੋਏ ਨੇ। ਇਹ ਮੈਂ ਤੁਹਾਨੂੰ ਲਿੰਕ ਡਿਸਕ੍ਰਿਪਸ਼ਨ 'ਚ ਪਾ ਦਿੰਦਾ, ਜਿਹਨੇ ਬਾਏ ਕਰਨੇ ਹੁਣ ਉਹ ਐਮਾਜ਼ੋਨ ਤੋਂ ਬਾਏ ਕਰ ਸਕਦਾ ਹੈ। ਹਾਂਜੀ, ਅਤੇ ਜਦੋਂ ਮੈਂ ਇਹ ਔਡਰ ਕੀਤੇ ਸੀ ਉਦੋਂ ਇਹਨਾਂ ਦਾ ਪ੍ਰਾਈਜ਼ 370 ਰੁਪਈਏ ਸੀਗਾ, ਅਤੇ ਹੁਣ ਇਹਨਾਂ ਦਾ ਪ੍ਰਾਈਜ਼ ਵੱਧ ਘੱਟ ਵੀ ਸਕਦਾ ਹੈ। ਅਤੇ ਆ ਤੁਸੀਂ ਦੇਖ ਸਕਦੇ ਹੋ ਆਪਣੇ ਗੇਅਰ ਨੇ, ਨਾਲ 4 ਟਾਇਰਸ ਮਿਲੇ ਨੇ ਅਤੇ ਮੈਟਲ ਦੀਆਂ ਸ਼ਾਫਟਾਂ ਮਿਲੀਆਂ ਨੇ ਗੇਅਰ ਪਾਉਣ ਲਈ। ਇਹਨਾਂ ਨੂੰ ਆਪਾਂ ਬਾਹਰ ਕੱਢ ਲੈਂਦੇ ਹਾਂ। ਇਹ ਆਪਾਂ ਪਹਿਲਾਂ ਵੀ ਔਡਰ ਕੀਤੇ ਸੀਗੇ ਐਮਾਜ਼ੋਨ ਤੋਂ ਹੀ, 1 ਸਾਲ ਹੋ ਗਿਆ, ਉਹ ਆਪਾਂ ਸਾਰੇ ਯੂਜ਼ ਕਰ ਲਏ ਸੀ ਅਤੇ ਆਪਾਂ ਇਹ ਫਿਰ ਯੂਜ਼ ਬਾਏ ਕੀਤੇ ਨੇ। ਅਤੇ ਬਹੁਤ ਵਧੀਆ ਗੇਅਰਸ ਨੇ ਹਰ ਇੱਕ ਸਾਈਜ਼ ਦੇ। ਇੱਕ ਲੰਮਾ ਗੇਅਰ ਹੈ, ਇਹ ਵੀ ਜਿਵੇਂ ਸਟੀਅਰਿੰਗ ਸਿਸਟਮ 'ਤੇ ਲਾਉਣ ਦੇ ਲਈ ਵੀ ਇਹ ਕੰਮ ਆ ਸਕਦਾ ਹੈਗਾ। ਆਪਣੀਆਂ ਪੁਲੀਆਂ ਨੇ ਅਤੇ ਇਹਨਾਂ ਦੇ ਨਾਲ ਹੀ ਆਪਾਂ ਨੂੰ ਰਬੜਾਂ ਮਿਲੀਆਂ ਨੇ ਉੱਤੇ ਚਾੜਨ, ਅੱਡ ਅੱਡ ਸਾਈਜ਼ ਦੀਆਂ ਰਬੜ ਨੇ। ਅਤੇ ਆਹ ਛੋਟੀ ਪੁਲੀ ਹੈ, ਇਹਦੇ ਉੱਤੇ ਵੀ ਇੱਕ ਗਰਾਰੀ ਲੱਗੀ ਹੋਈ ਹੈ ਛੋਟੀ ਜੀ, ਰੰਗ ਦੀ ਹੈ। ਅਤੇ ਆਹ ਸਾਰਿਆਂ ਨਾਲ ਛੋਟੀ ਹੈ, ਜਿਵੇਂ ਤੁਸੀਂ ਕੋਈ ਜ਼ੋਰ ਵਾਲੀ ਚੀਜ਼ ਬਣਾਉਣੀ ਹੈ ਉਸਦੇ ਲਈ ਹੈ ਇਹ, ਇਹ ਸਿੱਧੀ ਮੋਟਰ 'ਤੇ ਲੱਗ ਜੂ। ਅਤੇ ਆਹ ਸ਼ਾਫਟਾਂ ਨੇ ਲੋਹੇ ਦੀਆਂ, ਇਹਦੇ ਵਿੱਚ ਗੇਅਰ ਪੂਰੀ ਤਰ੍ਹਾਂ ਨਾਲ ਘੁੰਮ ਜਾਂਦੇ ਨੇ, ਕੋਈ ਕੋਈ ਨਹੀਂ ਘੁੰਮਦਾ। ਜੇ ਮੋਟਰ ਦੇ ਉੱਤੇ ਲੱਗਣ ਆਏ ਹੁੰਦੇ ਆ ਉਹਦੇ ਵਿੱਚ ਪੂਰੇ ਫਿੱਟ ਹੁੰਦੇ, ਜਿਵੇਂ ਆਹ ਤੁਸੀਂ ਦੇਖ ਸਕਦੇ ਹੋ ਇੱਕ ਮੈਟਲ ਦਾ ਗੇਅਰ ਹੈ। ਹਾਂਜੀ, ਅਤੇ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾ ਦੂੰਗਾ, ਤੁਸੀਂ ਉਹਨੂੰ ਕਲਿੱਕ ਕਰਕੇ ਸਿੱਧਾ ਇਹਨੂੰ ਬਾਏ ਕਰ ਸਕਦੇ ਹੋ ਐਮਾਜ਼ੋਨ ਤੋਂ। ਅਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ। ਜਿਹੜੇ ਵੀਰ ਚੈਨਲ 'ਤੇ ਨਵੇਂ ਆ, ਸਬਸਕ੍ਰਾਈਬ ਜ਼ਰੂਰ ਕਰਿਓ। ਜੇ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ। ਧੰਨਵਾਦ।